ਇੱਕ ਮੁੰਡੇ ਦੀ ਆਸ਼ਕੀ ਕਈਆਂ ਦੀ ਜਾਨ ਤੇ ਭਾਰੀ ਪੈ ਗਈ ਹੈ, ਜਿਸ ਨੇ ਦੋ ਮਾਸੂਮ ਜ਼ਿੰਦਗੀਆਂ ਮੌਤ ਦੇ ਮੂੰਹ ਚ ਧਕੇਲ ਦਿੱਤੀਆਂ ਨੇ ਤੇ ਉਹਨਾਂ ਦੇ ਘਰਾਂ ਚ ਮਾਤਮ ਪਸਰਿਆ ਹੋਇਆ ਹੈ। ਆਸ਼ਕੀ ਦਾ ਭੂਤ ਇਸ ਕਦਰ ਸਵਾਰ ਹੋਇਆ ਕਿ ਇਹ ਕੁੜੀ ਨੂੰ ਭਜਾ ਕੇ ਲੈ ਕੇ ਜਾ ਰਿਹਾ ਸੀ ਤੇ ਇਸ ਕਦਰ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਕਿ ਇੱਕ ਬਾਈਕ ਦੇ ਨਾਲ ਇਸ ਦੀ ਟੱਕਰ ਹੋ ਗਈ, ਜਿੱਥੇ ਜਿਸ ਕੁੜੀ ਨੂੰ ਇਹ ਭਜਾ ਕੇ ਲੈ ਕੇ ਜਾ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਅਤੇ ਬਾਈਕ ਨਾਲ ਜੋ ਟਕਰਾਇਆ ਉਸ ਵਿਅਕਤੀ ਦੀ ਵੀ ਮੌਤ ਹੋ ਗਈ। ਮਾਮਲਾ ਦਰਅਸਲ ਇਹ ਹੈ ਕਿ ਇਸ ਆਸ਼ਿਕ ਦੇ ਵੱਲੋਂ ਇੱਕ ਨਾਬਾਲਿਗ ਕੁੜੀ ਨੂੰ ਉਸਦੇ ਘਰ ਤੋਂ ਭਜਾਇਆ ਗਿਆ ਅਤੇ ਭਜਾ ਕੇ ਆਪਣੀ ਬਾਈਕ ਤੇ ਬਿਠਾ ਕੇ ਲੈ ਕੇ ਜਾ ਰਿਹਾ ਸੀ। ਰਫ਼ਤਾਰ ਇਸ ਕਦਰ ਤੇਜ਼ ਸੀ ਕਿ ਇੱਕ ਹੋਰ ਬਾਈਕ ਤੇ ਜਿੱਥੇ ਤਿੰਨ ਲੋਕ ਸਵਾਰ ਸਨ ਉਹਨਾਂ ਦੀ ਟੱਕਰ ਹੋ ਜਾਂਦੀ ਹੈ। ਦੋਨੋਂ ਬਾਈਕ ਆਮੋ ਸਾਹਮਣੇ ਇਸ ਕਦਰ ਟਕਰਾਉਂਦੀਆਂ ਨੇ ਕਿ ਸਾਰੇ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ ਨਾਬਾਲਿਗ ਲੜਕੀ ਜਿਸਨੂੰ ਇਹ ਲੜਕਾ ਭਜਾ ਕੇ ਲੈ ਕੇ ਆਇਆ ਸੀ ਉਸਦੀ ਵੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ, ਜਦਕਿ ਦੂਸਰਾ ਵਿਅਕਤੀ ਜਿਨ੍ਹਾਂ ਦੀ ਬਾਈਕ ਇਸ ਲੜਕੇ ਨਾਲ ਟਕਰਾਈ ਸੀ, ਤਿੰਨ ਲੋਕ ਉੱਤੇ ਸਵਾਰ ਸਨ ਤਾਂ ਉਹਨਾਂ ਦੇ ਵਿੱਚੋਂ ਵੀ ਇੱਕ ਦੀ ਦਰਦਨਾਕ ਮੌਤ ਹੋ ਗਈ। ਦੋਨਾਂ ਦੇ ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ। ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਲੜਕੇ ਦੇ ਵੱਲੋਂ ਇੱਕ ਨਾਬਾਲਿਗ ਲੜਕੀ ਨੂੰ ਭਜਾਇਆ ਜਾ ਰਿਹਾ ਸੀ ਤਾਂ ਇਸੇ ਵਿਚਾਲੇ ਇਹ ਹਾਦਸਾ ਵਾਪਰਿਆ ਤੇ ਦੋ ਦੀ ਜਾਨ ਚਲੀ ਗਈ। ਫਾਜ਼ਿਲਕਾ ਦੇ ਹੀ ਇੱਕ ਇਲਾਕੇ ਦੇ ਵਿੱਚ ਰਹਿਣ ਵਾਲਾ ਇਹ ਲੜਕਾ ਜੋ ਕਿ ਮਾਧਵ ਨਗਰੀ ਦੀ ਰਹਿਣ ਵਾਲੀ ਕੁੜੀ ਨੂੰ ਭਜਾ ਕੇ ਲੈ ਕੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਹੀ ਸਾਹਮਣੇ ਆਉਂਦੀ ਇੱਕ ਮੋਟਰਸਾਈਕਲ ਦੇ ਨਾਲ ਇਸ ਦੀ ਟੱਕਰ ਹੋ ਗਈ। ਸਾਹਮਣੇ ਵਾਲੀ ਮੋਟਰਸਾਈਕਲ ਤੇ ਵੀ ਤਿੰਨ ਲੋਕ ਸਵਾਰ ਸਨ ਜੋ ਦਿਹਾੜੀ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ। ਇਸੇ ਵਿਚਾਲੇ ਸਾਰੇ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਚੱਕਣਾ ਚੂਰ ਹੋ ਗਏ ਤੇ ਇੱਥੇ ਲੜਕੀ ਦੇ ਨਾਲ ਇਹ 4 ਤੋਂ 5 ਲੋਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਇਸ ਨਾਬਾਲਿਗ ਲੜਕੀ ਨੇ ਵੀ ਦਮ ਤੋੜ ਦਿੱਤਾ ਅਤੇ ਉਧਰ ਦੂਸਰੀ ਬਾਈਕ ਤੇ ਸਵਾਰ ਤਿੰਨ ਲੋਕਾਂ ਦੇ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ। ਦੋ ਲੋਕਾਂ ਦੀ ਇੱਥੇ ਮੌਤ ਹੋ ਗਈ। ਹੁਣ ਲੜਕੀ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਲੜਕਾ ਉਹਨਾਂ ਦੀ ਕੁੜੀ ਨੂੰ ਵਰਗਲਾ ਕੇ ਲੈ ਕੇ ਗਿਆ ਸੀ ਅਤੇ ਉਸਨੇ ਜਾਣ ਬੁੱਝ ਕੇ ਇਸ ਨੂੰ ਮਾਰਿਆ। ਪਰਿਵਾਰ ਨੇ ਤਾਂ ਇਹ ਤੱਕ ਕਹਿ ਦਿੱਤਾ ਹੈ ਕਿ ਮੁੰਡੇ ਦੇ ਵੱਲੋਂ ਜਾਣ ਬੁੱਝ ਕੇ ਉਹਨਾਂ ਦੀ ਧੀ ਨੂੰ ਮਾਰਿਆ ਗਿਆ ਹੈ, ਉਸਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਮੁੰਡਾ ਖੁਦ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਉਧਰ ਦੂਜੇ ਪਾਸੇ ਜਿਸ ਸ਼ਖਸ ਦੀ ਮੌਤ ਹੋਈ ਹੈ ਉਸਦਾ ਨਾਮ ਮਹਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਜੋ ਦਿਹਾੜੀ ਕਰਕੇ ਆਪਣੇ ਦੋ ਸਾਥੀਆਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਇਸੇ ਵਿਚਾਲੇ ਇਸ ਮੁੰਡੇ ਦੀ ਬਾਈਕ ਦੇ ਨਾਲ ਟੱਕਰ ਹੋ ਗਈ ਅਤੇ ਉਹਨਾਂ ਦੇ ਵਿੱਚੋਂ ਤਿੰਨੋਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤੇ ਮਹਿੰਦਰ ਸਿੰਘ ਨੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਤੇ ਉਧਰ ਲੜਕੀ ਦਾ ਪਰਿਵਾਰ ਵੀ ਇਨਸਾਫ ਦੀ ਮੰਗ ਕਰ ਰਿਹਾ ਹੈ। ਪੁਲਿਸ ਦੇ ਵੱਲੋਂ ਵੀ ਇਸ ਬਾਈਕ ਚਲਾਉਣ ਵਾਲੇ ਲੜਕੇ ਦੇ ਖਿਲਾਫ 2 FIR ਦਰਜ ਕੀਤੀਆਂ ਗਈਆਂ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੁੜੀ ਦਾ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਇਹ ਮੁੰਡਾ ਹਸਪਤਾਲ ਤੋਂ ਛੁੱਟੀ ਲੈ ਕੇ ਬਾਹਰ ਨਿਕਲੇ ਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ। ਮੇਰੀ ਬੇਟੀ ਆ। ਅੱਛਾ, ਕੀ ਹੋਇਆ, ਕੀ ਸੀਗਾ ਜੀ? ਉਹ ਬਾਜ਼ਾਰੋਂ ਦੀ ਮੁੰਡਾ ਲੈ ਕੇ ਗਿਆ ਸੀ ਮੇਰੇ ਘਰੋਂ। ਮੈਨੂੰ ਪਤਾ ਸੀ, ਮੈਂ ਬਾਜ਼ਾਰ ਗਈ ਸੀ, ਤੂੰ ਬਾਜ਼ਾਰ ਦੀ ਲੈ ਕੇ ਚਲਾ ਗਿਆ। ਮੈਨੂੰ 8:30 ਵਜੇ ਮੈਨੂੰ ਕਾਲ ਆਉਂਦੀ ਹੈ, 8:30 ਵਜੇ ਕਾਲ ਆਉਂਦੀ ਹੈ ਵੀ ਨੰਨੂ ਨਾਮ ਦਾ ਮੁੰਡਾ ਹੈਗਾ, ਇਹ ਗੁੜੀ ਹੈਗੀ ਹੈ ਤੇ ਉਹ ਡੇਗਾ ਵਾਲੀ ਪਿੰਡ ਤੇ ਪਏ ਆ। ਬਸ ਮੈਨੂੰ ਇਹਨਾਂ ਕਾਲ ਆਇਆ ਵੀ ਹੋਸਪਿਟਲ ਪਹੁੰਚ ਜਾਓ, ਮੈਂ ਇੱਥੇ ਆ ਗਈ ਹਾਂ। ਮੈਂ ਇੱਥੇ ਆ ਕੇ ਵੇਖਿਆ ਮੇਰੀ ਗੁੜੀਆ ਗੰਭੀਰ ਹਾਲਤ 'ਚ ਹੈਗੀ, ਬਹੁਤ ਜ਼ਿਆਦਾ। ਬਸ ਮੈਨੂੰ ਇਹਨਾਂ ਪਤਾ ਹੈ ਅੰਦਰ ਦਾਖਲ ਕਰਤੀ, ਉਸ ਤੋਂ ਬਾਅਦ ਮੈਨੂੰ ਪਤਾ ਨਹੀਂ, ਬਾਕੀ ਪੁਲਿਸ ਦੀ ਗੱਲ ਹੋਈ ਹੈ। ਬਸ ਇਹ ਚੀਜ਼ ਨਹੀਂ। ਹੁਣ ਤੁਸੀਂ ਪੁਲਿਸ ਨੂੰ ਕੀ? ਮੈਂ ਇਹ ਚਾਹੁੰਦੀ ਹਾਂ ਵੀ ਮੁੰਡੇ ਦੇ ਉੱਤੇ ਸਖ਼ਤ ਕਾਰਵਾਈ ਹੋਵੇ, ਮੈਨੂੰ ਇਨਸਾਫ਼ ਚਾਹੀਦਾ, ਮੇਰੀ ਗੁੜੀਆ ਨੂੰ ਇਨਸਾਫ਼ ਮਿਲੇ। ਬਸ ਮੇਰੀ ਗੁੜੀਆ ਗਈ ਹੈ, ਮੈਨੂੰ ਦੁੱਖ ਹੈਗਾ ਉਸ ਚੀਜ਼ ਦਾ, ਬਸ ਮੈਨੂੰ ਇਨਸਾਫ਼ ਚਾਹੀਦਾ ਹੈਗਾ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ 3 ਬੱਚੇ ਹੈਗੇ।
ਇਹ ਛੋਟੀ ਸੀ ਲੜਕੀ? ਆ ਸਭ ਤੋਂ ਛੋਟੀ ਕੁੜੀ ਹੈਗੀ ਸੀ ਮੇਰੀ। ਪੜ੍ਹਦੀ ਸੀ? ਨਹੀਂ। ਅੱਛਾ, ਕਰੀ ਸੀ? ਹਾਂਜੀ ਕਰੇ। ਇਹ ਜੀ ਲੜਕਾ ਸਾਡਾ ਨਾ ਵੀ ਜਿਵੇਂ ਜਾ ਰਿਹਾ ਸੀ ਬਾਈਕ ਤੇ, ਪਿੱਛੋਂ ਕਿਸੇ ਚੀਜ਼ ਨੇ ਟੱਕਰ ਮਾਰੀ ਹੈ ਤੇ ਸਾਹਮਣੇ ਉਹ ਵਹੀਕਲ ਕੋਈ ਆ ਰਿਹਾ ਸੀ, ਵੀ ਪਿਛਲੇ ਦੀ ਗਲਤੀ ਨਾਲ ਬੱਚੇ ਕੋਲੋਂ ਸਾਹਮਣੇ ਵੱਜ ਗਿਆ ਵਹੀਕਲ ਤੇ ਬੱਚਾ ਜੀ ਹੋਸ਼ ਚ ਨਹੀਂ ਹੈ। ਉਹ ਵੀ ਗੱਲ ਤਾਂ ਬੱਚਾ ਉਦੋਂ ਦੱਸੇਗਾ ਸਾਡਾ ਹੋਸ਼ ਚ ਆਵੇਗਾ ਤਾਂ ਸਾਨੂੰ ਪਤਾ ਲੱਗਿਆ ਕੀ ਹੋਇਆ ਕੀ ਨਹੀਂ। ਇਸ ਹਾਦਸੇ ਚ ਕਿਸੇ ਦੀ ਮੌਤ ਵੀ ਹੋਈ? ਉਹ ਦੂਜੇ ਬਾਈਕ ਵਾਲੇ ਕਹਿ ਰਹੇ ਸੀ, ਕਹਿੰਦੇ ਵੀ ਲੜਕੇ ਦੀ ਮੌਤ ਹੋਈ ਹੈ। ਅੱਛਾ, ਇਹਦੇ ਨਾਲ ਜਿਹੜੀ ਲੜਕੀ ਸੀ ਉਹ ਕੌਣ ਸੀਗੀ? ਉਹ ਇਹਨਾਂ ਦੇ ਜਿਵੇਂ ਫਰੈਂਡ ਸੀ, ਇਕੱਠੇ ਕੰਮ ਕਰਦੇ ਸੀ ਇੱਕ ਸ਼ੋਪ ਤੇ, ਤੇ ਲੜਕੀ ਦੀ ਮਾਤਾ ਨੇ ਵੀ ਕੀਤਾ ਹੋਇਆ ਸੀ ਕੁਛ ਮੁੰਡੇ ਦੇ ਤੇ ਇਹ ਉਹਨਾਂ ਵੱਲ ਦੀ ਗੱਲ ਕਰ ਰਿਹਾ ਸੀ ਜਦੋਂ ਵੀ ਕਰਦਾ ਸੀ ਵੀ ਹੁਣ ਇਹ ਚਾਹੁੰਦੇ ਸੀ ਵੀ ਉਹਦੀ ਮੰਮੀ ਨੇ ਹੀ ਇਹਨਾਂ ਨੂੰ ਭੇਜਿਆ ਸੀ ਵੀ ਪੰਜ ਪੀਰ ਮੱਥਾ ਟੇਕ ਆਓ, 200 ਰੁਪਇਆ ਵੀ ਦਿੱਤਾ ਸੀ ਤੇਲ ਵਾਸਤੇ ਵੀ ਤੇਲ ਪਵਾ ਲਿਆ ਜੇ ਬਾਈਕ ਦੇ ਵਿੱਚ। ਅੱਛਾ, ਬਾਕੀ ਬਾਈ ਮੁੰਡਾ ਜਾਣਦਾ ਨਹੀਂ ਸੀਗਾ, ਉਹਦੀ ਮੰਮੀ ਕਈ ਵਾਰੀ ਗਈ ਵੀ ਇਹਨਾਂ ਨਾਲ ਮੱਥਾ ਟੇਕਣ ਬੱਚੇ ਨਾਲ। ਅੱਛਾ, ਤੇ ਬੱਚੇ ਨੂੰ ਧੱਕੇ ਨਾਲ ਭੇਜ ਰਹੇ ਸੀ ਤੇ ਕਿਆ ਚਲਾਈ ਉਹਨਾਂ ਦੇ ਘੈਂਟ ਤੇ ਅਬੋਰ ਚੱਲੇ ਸੀ। ਹਾਂ, ਅਬੋਰ ਪੰਜ ਪੀਰ ਚੁੱਕੇ ਤੇ ਮੱਥਾ ਟੇਕਣ ਬਾਬੇ। ਲੜਕੀ ਨਾਲ ਪਿਆਰ ਕਰਦਾ ਸੀਗਾ ਮੁੰਡਾ? ਇਹ ਤਾਂ ਜੀ ਅਜੇ ਪਤਾ ਨਹੀਂ ਪੂਰੀ ਗੱਲ ਦਾ ਸਾਨੂੰ ਵੀ ਕੀ ਹੈ ਕੀ ਨਹੀਂ। ਜੇ ਦੇਖੋ ਲੜਕੀ ਦੀ ਮਾਂ ਨੂੰ ਪਤਾ ਸੀ ਤੇ ਹੋਣਾ ਤਾਂ ਹੀ ਕਰ ਗਿਆ, ਨਹੀਂ ਤਾਂ ਕੋਈ ਵੀ ਨਹੀਂ ਆਏ ਤਾਂ ਜਾਂਦਾ। ਕਿੰਨੇ ਲੋਕਾਂ ਦੀ ਮੌਤ ਹੋਈ ਹੈ ਹਜੇ ਤੱਕ? ਤਾਂ ਫਿਲਹਾਲ ਲੜਕੇ ਦਾ ਹੀ ਦੱਸਿਆ, ਕਹਿੰਦਾ ਕੋਈ ਲੜਕਾ ਵੀ ਡੈਥ ਹੋਈ ਕਿਸੇ ਦੀ? ਹਜੇ ਨਹੀਂ ਪਤਾ ਪੂਰੀ ਗੱਲ ਦਾ ਜੀ। ਇਹ ਨਾਂ ਕੀ ਜਾਂਦਾ ਹੈ? ਨੰਨੂ। ਇਹ ਕਿੱਥੇ ਦਾ ਨਾਂ ਹੈ? ਇਹ ਗਲੀ ਸੀਤਾ ਰਾਮ ਮੰਦਿਰ, ਛੱਤ ਵਾਲੀ ਗਲੀ, ਬਾਬਾ ਖੇਤਰਪਾਲ ਜੀ ਦੇ ਮੰਦਿਰ। ਜਿਵੇਂ ਪੜੋਸ ਚ ਹੈ ਵੀ ਸਾਡੇ ਕੰਮ ਆਉਂਦੇ, ਅਸੀਂ ਇਹਨਾਂ ਦੇ ਆਉਂਦੇ ਹਾਂ। ਮਾਮਲਾ ਆਇਆ ਜੀ, ਸਾਡੇ ਪਿੰਡ ਦੇ ਤਿੰਨ ਮੁੰਡੇ ਉੱਥੇ ਕੰਮ ਕਰਦੇ ਸੀ ਆਪਣੇ ਹੋਲਸੇਲਰ ਵਿੱਚ। ਅੱਛਾ, ਅਤੇ ਇਹ ਰਾਤ ਨੂੰ ਤਕਰੀਬਨ 7:30 ਵਜੇ ਉੱਥੋਂ ਆ ਰਹੇ ਸੀ ਮੋੜ ਤੋਂ ਵਾਪਸੀ, ਤੇ ਇਧਰੋਂ ਇੱਕ ਨੰਨੂ ਨਾਮ ਦਾ ਮੁੰਡਾ ਹੈਗਾ ਫਾਜ਼ਿਲਕਾ ਦਾ, ਜੱਟੀਆਂ ਮੱਲੇ ਦਾ, ਤੇ ਉਹ ਇਧਰੋਂ ਇੱਕ ਕੁੜੀ ਨੂੰ ਭਜਾ ਕੇ ਲਿਜਾ ਰਿਹਾ ਸੀ ਤੇ ਉਹਨਾਂ ਦੇ ਰਸਤੇ ਦੇ ਵਿੱਚ ਉੱਥੇ ਆਪਣੇ ਬੇਗਾਂ ਵਾਲੀ ਕੋਲ ਹਨੂੰਮਾਨ ਮੰਦਰ ਦੇ ਲਾਗੇ। ਅੱਛਾ ਜੀ। ਉਹਨਾਂ ਦੀ ਆਪਸ ਵਿੱਚ ਮਤਲਬ ਐਕਸੀਡੈਂਟ ਹੋ ਗਿਆ। ਅੱਛਾ। ਇਧਰੋਂ ਮੁੰਡੇ ਦੀ ਜਿਹੜੀ ਰਫ਼ਤਾਰ ਬਹੁਤ ਤੇਜ਼ ਸੀ ਤੇ ਉਹ ਜਿਹੜੇ ਮਜ਼ਦੂਰ ਸੀ ਉਹ ਆਪਣੇ ਸਾਈਡ 'ਤੇ ਆ ਰਹੇ ਸੀ ਜੀ, ਇਹਨੇ ਉਹਨਾਂ ਦੇ ਵਿੱਚ ਮਾਰਿਆ, ਜਿਹਦੇ 'ਚੋਂ ਇੱਕ ਮੁੰਡਾ ਸਾਡਾ ਇੱਥੇ ਫਾਜ਼ਿਲਕਾ ਐਡਮਿਟ ਹੈ ਅਤੇ ਇੱਕ ਆਪਣੇ ਉੱਥੇ ਫਰੀਦਕੋਟ ਹੈ। ਅੱਛਾ। ਅਤੇ ਇਹ ਪਹਿਲਾਂ ਇਹਨੂੰ ਮਹਿੰਦਰ ਸਿੰਘ ਜੀ ਦੀ ਡੈਥ ਹੋਈ ਹੈ, ਇਹਨੂੰ ਪਹਿਲਾਂ ਇੱਥੇ ਕੀਤਾ ਸੀ ਆਪਣੇ ਬਠਿੰਡੇ ਰੈਫਰ, ਅਤੇ ਬਠਿੰਡੇ ਤੋਂ ਕੱਲ੍ਹ ਉਹਨਾਂ ਅੱਗੇ ਕਰਤਾ ਸੀ ਆਪਣੇ ਪੀਜੀਆਈ ਚੰਡੀਗੜ੍ਹ, ਅਤੇ ਰਸਤੇ ਦੇ ਜਾਂਦਿਆਂ ਉਹਨਾਂ ਦੀ ਮੌਤ ਹੋ ਗਈ, ਜਿਹਦਾ ਹੁਣ ਪੋਸਟਮਾਰਟਮ ਕਰਾ ਕੇ ਅਤੇ ਉਹਦਾ ਲਗਾਇਆ ਗਿਆ। ਕਿੰਨੀ ਕੁ ਉਮਰ ਦਾ ਮੁੰਡਾ ਸੀਗਾ ਜੀ? ਮੁੰਡਾ ਜੀ ਉਹਦੀ 25-30 ਸਾਲ ਦੇ ਵਿੱਚ। ਮਜ਼ਦੂਰੀ ਕਰਦਾ ਸੀ? ਹਾਂਜੀ ਬਿਲਕੁਲ, ਮਜ਼ਦੂਰੀ ਕਰਦਾ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ? ਉਹਦੇ ਪਰਿਵਾਰ ਵਿੱਚ 2 ਕੁੜੀਆਂ ਨੇ ਅਤੇ ਇੱਕ ਮੁੰਡਾ ਹੈ, ਉਹ ਵੀ ਛੋਟਾ ਬਿਲਕੁਲ 2 ਸਾਲ ਦਾ ਮੁੰਡਾ। ਗਲਤੀ ਕਿਹਦੀ ਮੰਨਦੇ ਹੋ ਜੀ? ਗਲਤੀ ਜੀ ਅਸੀਂ ਤੇ ਇਹਦੀ ਮੰਨਿਆ ਵੀ ਜਿਹੜਾ ਨੰਨੂ ਨਾਮ ਦਾ ਮੁੰਡਾ ਜਿਹੜਾ ਬਹੁਤ ਤੇਜ਼ ਰਫ਼ਤਾਰ ਪਲਸਰ ਮੋਟਰਸਾਈਕਲ ਭਜਾ ਕੇ ਲਿਜਾ ਰਿਹਾ ਸੀ, ਉਹ ਪਤਾ ਨਹੀਂ ਪਿੱਛੋਂ ਉਹਨੂੰ ਕੋਈ ਡਰ ਸੀ ਜਾਂ ਕਿੱਦਾਂ ਦਾ ਹੈਗਾ ਸੀ,
ਤੇ ਉਹ ਉਹਨਾਂ ਦੇ ਵਿੱਚ ਸਿੱਧਾ ਜਾ ਕੇ ਆਪਦੀ ਮਤਲਬ ਉਹਨਾਂ ਦੀ ਸਾਈਡ ਵਿੱਚ ਜਾ ਕੇ ਵੱਜਿਆ। ਲੜਕੀ ਨੂੰ ਲੈ ਕੇ ਜਾ ਰਹੇ ਸੀ? ਹਾਂਜੀ ਹਾਂਜੀ ਲੜਕੀ। ਉਹ ਲੜਕੀ ਦੀ ਵੀ ਮੌਤ ਹੋ ਗਈ? ਹਾਂਜੀ ਲੜਕੀ ਦੀ ਮੌਤ ਹੋ ਗਈ, ਉਹ ਤਾਂ ਉਦਣ ਹੀ ਮੌਕੇ 'ਤੇ ਮੌਤ ਹੋ ਗਈ। ਹੁਣ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਦੋਵਾਂ ਪਰਿਵਾਰਾਂ ਨੂੰ, ਦੋਵੇਂ ਪਰਿਵਾਰ ਬਹੁਤ ਗਰੀਬ ਹੈਗੇ ਆ। ਹੁਣ ਕਿੰਨੇ ਜਣੇ ਇਹਦੇ 'ਚ ਮੌਤ ਹੋਈ ਹੈ ਅਤੇ ਕਿੰਨੇ ਜਣੇ ਫੱਟਣ ਨੇ ਜੀ? ਇਹਦੇ 'ਚ ਜੀ ਦੋ ਦੀ ਮੌਤ ਹੋ ਗਈ ਅਤੇ ਦੋ ਫੱਟਣ ਨੇ, ਫਰੀਦਕੋਟ ਹੈਗਾ ਅਤੇ ਇੱਥੇ ਹੀ ਫਾਜ਼ਿਲਕਾ। ਠੀਕ, ਇਹਦਾ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਜੀ, ਉਹਨਾਂ ਦਾ ਇੱਕ ਬੰਦਾ ਕਿੰਨਾ ਦੂਜੇ ਪਾਰਟੀ ਦਾ ਬੰਦਾ ਮਰ ਗਿਆ, ਐਕਸੀਡੈਂਟ ਹੋ ਗਿਆ, ਇੱਕ ਪਾਰਟੀ ਦਾ ਦਾਖਲ ਇੱਥੇ, ਇਸ ਕਰਕੇ ਅਸੀਂ ਇੱਥੇ ਗਾਰਦ ਲੱਗੀ ਹੈ ਅਤੇ ਸਵੇਰੇ ਜੋ ਬਣਦੀ ਕਾਰਵਾਈ ਅਫਸਰ ਕਰਨਗੇ, ਸਾਡੀ ਗਾਰਦ ਲੱਗੀ ਸਰ। ਕੋਈ ਲੜਕੀ ਦੀ ਮੌਤ ਹੋਈ? ਦੋ ਜਣਿਆਂ ਦੀ ਮੌਤ ਹੋਈ? ਹਾਂਜੀ ਜੀ, ਇੱਕ ਤਾਂ ਲੜਕੀ ਦੀ ਮੌਤ ਹੋ ਗਈ ਸੀ, ਇੱਕ ਬੰਦੇ ਦੀ ਮੌਤ ਹੋ ਗਈ ਜਿਹੜਾ ਦੂਜੇ ਮੋਟਰਸਾਈਕਲ ਵਾਲਾ ਸੀ। ਹਾਂਜੀ ਹਾਂਜੀ। ਕਿੰਨੀਆਂ FIR ਦਰਜ ਹੋਈਆਂ? FIR ਇੱਕ ਤਾਂ ਖੂਹੀ ਖੜੇ ਥਾਣੇ ਦਰਜ ਹੋਵੇਗੀ ਜੀ, ਹੋ ਗਈ ਹੈ ਜੀ, ਜਿਹੜੇ ਵੀ ਐਕਸੀਡੈਂਟ ਹੋਇਆ। ਦੂਜੀ ਕਿਨਾ ਸਿਟੀ ਫਾਜ਼ਿਲਕਾ ਵਿਖੇ ਦਰਜ ਹੋਵੇਗੀ, ਦਰਜ ਹੋ ਗਈ ਹੈ, ਪਰ ਅਜੇ ਬੰਦੀ ਨਹੀਂ ਪਾਈ, ਬੰਦੀ ਜਦੋਂ ਪਾਈ ਜਾਏਗੀ ਉਦੋਂ ਪਤਾ ਲੱਗੇਗਾ ਜੀ। ਮੁੰਡਾ ਇਹੀ ਸੀਗਾ? ਹਾਂਜੀ ਹਾਂਜੀ, ਐਕਸੀਡੈਂਟ 'ਚ ਇਹੀ ਮੁੰਡਾ ਸੀ। ਇਹਦੇ ਨਾਲ ਕੌਣ ਸੀਗਾ ਜਿਹੜੇ ਨਾਲ? ਇਹਦੇ ਨਾਲ ਲੇਡੀਜ਼ ਸੀ ਇੱਕ। ਅੱਛਾ, ਹਾਂਜੀ। ਉਹਦੀ ਮੌਤ ਹੋ ਗਈ? ਉਹਦੀ ਮੌਤ ਹੋ ਗਈ ਸਰ। ਤੁਹਾਡੀ ਡਿਊਟੀ ਕਿਵੇਂ ਲੱਗੀ? ਸਾਡੀ ਡਿਊਟੀ ਗਾਰਦ ਲੱਗੀ ਜੀ, ਇਸ ਕਰਕੇ ਵੀ ਇਹਦਾ ਸਵੇਰੇ ਕਿੰਨਾ ਇਹਨਾਂ ਦੇ ਰੈਸਟ ਪਾਉਣ ਵਾਸਤੇ ਅਤੇ ਅਸੀਂ ਇੱਥੇ ਗਾਰਦ ਲੱਗੀ ਹੈ, ਇਹਦੇ ਸੱਟਾਂ ਵੱਜੀਆਂ ਇਸ ਕਰਕੇ ਦਾਖਲੇ ਅਤੇ ਇਸ ਕਰਕੇ ਗਾਰਦ ਲੱਗੀ ਸਾਡੀ। ਮਤਲਬ ਹਸਪਤਾਲ ਦੀ ਛੁੱਟੀ ਦਾ ਰੇਟ ਕਰ ਰਹੇ? ਹਾਂਜੀ ਠੀਕ ਹੈ ਸਰ।